ਅੱਜਕੱਲ ਅਸੀਂ ਛੋਟੀ ਤੋਂ ਛੋਟੀ ਚੀਜ਼ ਜਿਹੜੀ ਹੈ ਆਨਲਾਈਨ ਸ਼ਾਪਿੰਗ ਐਪ ਤੋਂ ਮੰਗਵਾਉਂਦੇ ਹਾਂ। ਵੈਲ ਹਾਲੀ ਦੇ ਵਿੱਚ ਇੱਕ ਸਕੈਮ ਸਾਹਮਣੇ ਆਇਆ ਹੈ ਜੋ ਕਿ ਮੁੰਬਈ ਤੋਂ ਇੱਕ ਲੇਡੀ ਡਾਕਟਰ ਦੇ ਨਾਲ ਹੋਇਆ। ਜੀ ਹਾਂ, ਮੁੰਬਈ ਦੀ ਇੱਕ ਲੇਡੀ ਡਾਕਟਰ ਨੇ 300 ਰੁਪਏ ਦੀ ਇੱਕ ਲਿਪਸਟਿਕ ਮੰਗਵਾਈ ਜੋ ਕਿ ਉਹਨਾਂ ਨੂੰ 1,00,000 ਰੁਪਏ ਦੀ ਪਈ। ਕਿਵੇਂ ਤੁਹਾਨੂੰ ਦੱਸਦੇ ਹਾਂ ਜੀ, ਉਹਨਾਂ ਨੇ ਇੱਕ ਸ਼ਾਪਿੰਗ ਐਪ ਤੋਂ ਆਨਲਾਈਨ ਆਰਡਰ ਕੀਤੀ 300 ਰੁਪਏ ਦੀ ਲਿਪਸਟਿਕ, ਤੇ ਉਹਨਾਂ ਨੂੰ ਥੋੜੇ ਦਿਨਾਂ ਬਾਅਦ ਇੱਕ ਮੈਸੇਜ ਆਂਦਾ ਹੈ ਕਿ ਤੁਹਾਡਾ ਇਹ ਪਾਰਸਲ ਡਿਲੀਵਰ ਹੋ ਚੁੱਕਾ ਹੈ, ਜਦ ਕਿ ਅਜਿਹਾ ਨਹੀਂ ਹੋਇਆ ਸੀ। ਜਿਸ ਤੋਂ ਬਾਅਦ ਉਹਨਾਂ ਨੇ ਕਸਟਮਰ ਕੇਅਰ ਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਥੋੜੀ ਦੇਰ ਬਾਅਦ ਕਾਲ ਆਂਦਾ ਹੈ ਜੋ ਉਹਨਾਂ ਨੂੰ ਇਹ ਕਹਿੰਦਾ ਹੈ ਕਿ ਤੁਹਾਡਾ ਜਿਹੜਾ ਪਾਰਸਲ ਹੈ ਉਹ ਹੋਲਡ ਤੇ ਲੱਗ ਗਿਆ ਹੈ, ਜਿਹਦੇ ਲਈ ਹੁਣ ਤੁਹਾਨੂੰ 2 ਰੁਪਏ ਦੀ ਸਿਰਫ ਪੇਮੈਂਟ ਕਰਨੀ ਪਏਗੀ ਤੇ ਤੁਹਾਡਾ ਜਿਹੜਾ ਪਾਰਸਲ ਹੈ ਉਹ ਤੁਹਾਡੇ ਤੱਕ ਡਿਲੀਵਰ ਹੋ ਜਾਏਗਾ। ਇੱਕ ਵੈਬ ਲਿੰਕ ਭੇਜਦੇ ਆ ਤੇ ਉਹਦੇ ਤੇ ਕਲਿੱਕ ਕਰੋ ਤੇ ਤੁਹਾਡੇ ਮੋਬਾਈਲ ਦੇ ਵਿੱਚ ਇੱਕ ਐਪ ਜਿਹੜਾ ਹੈ ਇੰਸਟਾਲ ਹੋ ਜਾਏਗਾ। ਤੇ ਉਹਨਾਂ ਨੇ ਜਿਵੇਂ ਕਿਹਾ, ਉਹਨਾਂ ਨੇ ਉਸ ਵੈਬ ਲਿੰਕ ਦੇ ਉੱਤੇ ਕਲਿੱਕ ਕੀਤਾ ਤੇ ਉਹਨਾਂ ਦੇ ਮੋਬਾਈਲ ਦੇ ਵਿੱਚ ਇੱਕ ਐਪ ਇੰਸਟਾਲ ਹੋ ਗਿਆ। ਉਹਨਾਂ ਦੇ ਅਕਾਊਂਟ ਦੇ ਵਿੱਚੋਂ 2 ਰੁਪਏ ਵੀ ਕੱਟੇ ਗਏ। ਜਿਸ ਤੋਂ ਬਾਅਦ ਕੁਝ ਦਿਨ ਬੀਤੇ ਤੇ ਉਹਨਾਂ ਨੂੰ ਇੱਕ ਮੈਸੇਜ ਆਂਦਾ ਹੈ ਬੈਂਕ ਵੱਲੋਂ ਕਿ ਤੁਹਾਡੇ ਅਕਾਊਂਟ ਦੇ ਵਿੱਚੋਂ 95,000 ਰੁਪਏ ਕੱਟੇ ਗਏ ਨੇ। ਵੈਲ ਉਸ ਲੇਡੀ ਨੇ ਇਹ ਦੇਖਣ ਤੋਂ ਬਾਅਦ ਆਪਣੇ ਬੈਂਕ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਬੈਂਕ ਅਕਾਊਂਟ 'ਚੋਂ 1,00,000 ਰੁਪਏ ਜਿਹੜਾ ਹੈ ਨਿਕਾਲ ਲਿੱਤਾ ਗਿਆ ਹੈ। ਫਿਰ ਉਸ ਤੋਂ ਬਾਅਦ ਉਸ ਲੇਡੀ ਨੇ FIR ਦਰਜ ਕਰਾਈ ਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ।